ਲਾਉਂਦਾ ਉਹ ਪਰਿਵਾਰ ਹੈ ਜਿਨ੍ਹਾਂ ਦੇ ਜਵਾਨ ਪੁੱਤ ਦੀ ਕੈਨੇਡਾ ਦੇ ਵਿੱਚ ਮੌਤ ਹੋ ਗਈ ਹੈ ਤੇ ਨਵੇਂ ਸਾਲ ਤੇ ਹੀ ਇਹਨਾਂ ਨੂੰ ਆਪਣੇ ਪੁੱਤ ਦੀ ਮੌਤ ਦੀ ਮਨਹੂਸ ਖਬਰ ਮਿਲੀ ਹੈ। ਦੱਸਦੇ ਕਿ ਕਰਨ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ 5 ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ਤੇ ਕੈਨੇਡਾ ਗਿਆ ਸੀ ਅਤੇ 10 ਜਨਵਰੀ ਨੂੰ ਉਸਨੇ ਆਪਣੇ ਘਰ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮਨਹੂਸ ਖਬਰ ਘਰ ਪਹੁੰਚੀ ਹੈ ਕਿ ਉਸਦੀ ਮੌਤ ਹੋ ਗਈ ਹੈ। ਇਹ ਤਸਵੀਰਾਂ ਗਿੱਦੜਬਾਹਾ ਦੇ ਇੱਕ ਪਰਿਵਾਰ ਦੀਆਂ ਨੇ ਜਿੱਥੇ ਬੇਹੱਦ ਹੀ ਦੁਖੀ ਮਾਹੌਲ ਹੈ। ਰੋਂਦੀ ਕੁਰਲਾਉਂਦੀ ਮਾਂ ਇੱਕੋ ਹੀ ਗੁਹਾਰ ਲਗਾ ਰਹੀ ਹੈ ਕਿ ਮੇਰੇ ਪੁੱਤ ਦੀ ਮ੍ਰਿਤਕ ਦੇ ਘਰ ਲਿਆ ਦਿਓ, ਮੈਂ ਬਸ ਇਹੀ ਮੰਗ ਕਰਦੀ ਹਾਂ। ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ 2019 ਦੇ ਵਿੱਚ ਉਹਨਾਂ ਦਾ ਪੁੱਤ ਕੈਨੇਡਾ ਗਿਆ ਸੀ ਅਤੇ 10 ਜਨਵਰੀ ਨੂੰ ਉਹਨੇ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਪਹੁੰਚ ਗਈ। ਪਰਿਵਾਰ ਉਸਦੇ ਸਵਾਗਤ ਦੀਆਂ ਤਿਆਰੀਆਂ ਕਰੀ ਬੈਠਾ ਸੀ ਪਰ ਹੁਣ ਇੱਥੇ ਮਾਤਮ ਪਸਰਿਆ ਹੋਇਆ ਹੈ। ਕਰਨ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਇੱਕ ਫੋਨ ਕਾਲ ਆਈ ਸੀ ਜਿਸ ਤੇ ਉਹਨਾਂ ਦੇ ਪੁੱਤ ਦੀ ਮੌਤ ਦੀ ਖਬਰ ਮਿਲੀ ਹੈ। ਮੌਤ ਦੇ ਕਾਰਨ ਅਜੇ ਤੱਕ ਪਤਾ ਨਹੀਂ ਲੱਗੇ ਨੇ ਤੇ ਮਾਪਿਆਂ ਨੂੰ ਬਸ ਇੱਕੋ ਹੀ ਆਸ ਹੈ ਸਰਕਾਰ ਤੇ ਸਮਾਜ ਸੇਵੀਆਂ ਤੋਂ ਕਿ ਉਹ ਮਦਦ ਕਰਨ ਅਤੇ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਘਰ ਲਿਆਂਦਾ ਜਾਏ। ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਨੂੰ ਘਰ ਲਿਆਉਣ ਦੇ ਵਿੱਚ $42,000 ਦਾ ਖਰਚ ਹੈ ਜਿਸ ਲਈ ਉਹਨਾਂ ਨੇ ਸਰਕਾਰ ਤੇ ਸਮਾਜ ਸੇਵੀਆਂ ਤੋਂ ਮਦਦ ਵੀ ਮੰਗੀ ਹੈ। ਇੱਕ ਸਮਾਜ ਸੇਵੀ ਸੰਸਥਾ ਦੇ ਵੱਲੋਂ ਇਸ ਪਰਿਵਾਰ ਦੀ ਮਦਦ ਕੀਤੀ ਗਈ ਹੈ ਤੇ 5 ਲੱਖ ਦਾ ਯੋਗਦਾਨ ਵੀ ਪਾਇਆ ਗਿਆ ਪਰ ਅਜੇ ਵੀ ਇਸ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੈ ਜਿਸ ਲਈ ਉਹ ਸਰਕਾਰ ਤੇ ਹੋਰ ਸਮਾਜ ਸੇਵੀਆਂ ਦੇ ਅੱਗੇ ਵੀ ਅਪੀਲ ਕਰ ਰਹੇ ਨੇ। ਮਾਪਿਆਂ ਦਾ ਕਹਿਣਾ ਹੈ ਕਿ ਉਹ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਤੇ ਆਪਣੇ ਰੀਤੀ ਰਿਵਾਜ਼ਾਂ ਦੇ ਨਾਲ ਉਸਦਾ ਅੰਤਮ ਸੰਸਕਾਰ ਕਰਨਾ ਚਾਹੁੰਦੇ ਨੇ। 5 ਸਾਲ ਹੋ ਗਏ ਮੇਰੇ ਪੁੱਤ ਨੂੰ ਗਏ ਨੂੰ, 10 ਤਰੀਕ ਨੂੰ ਟਿਕਟ ਬੁੱਕ ਸੀ ਪਰ ਅਸੀਂ ਤਾਂ ਉਹਦੀ ਆਉਣ ਦੀਆਂ ਤਿਆਰੀਆਂ ਕਰੀ ਜਾਂਦੇ ਸੀ। ਅਸੀਂ ਘਰ ਆਏ ਸਜਾਵਾਂਗੇ, ਇੱਕੋ ਸਾਨੂੰ ਖਬਰ ਆਈ ਮੇਰਾ ਪੁੱਤ ਹੈ ਨੀ, ਸਾਡੇ ਬੁੱਕਿਆਂ ਤੋਂ ਦੇ ਕੇ ਰੱਬ ਨੇ ਖੋਣਿਆ, ਅਸੀਂ ਮੇਰੇ ਪੁੱਤ ਦੀ ਭੁੱਖ 'ਚ ਬੈਠੇ ਹਾਂ, ਹੁਣ ਵੀ ਦੱਸ ਜਾਂਦੇ ਹਾਂ ਵੀ ਉਹ ਮੇਰੇ ਕੋਲ ਕਰ ਦੇਣਾ। ਤਾਂ ਇਹੀ ਸੁਣਨੇ ਮਾਨ ਸਰਕਾਰ ਨੂੰ ਵੀ ਸਾਡਾ ਮੇਰਾ ਭਾਣਜਾ ਹੀ ਜਿਹਦੀ ਡੈਥ ਹੋ ਗਈ ਕੈਨੇਡਾ ਦੇ ਵਿੱਚ, ਵੀ ਉਹ ਅੱਜ ਉੱਥੇ $42,000 ਰੁਪਈਆ ਮੰਗਦੇ ਪਏ ਆ, ਸਾਡੇ ਕੋਲ ਕੁਛ ਵੀ ਨਹੀਂ ਵੀ ਸਾਡੀ ਭਾਣਜੇ ਦੀ ਇੱਥੇ ਲਾਸ਼ ਮੰਗਾਈ ਜਾਵੇ। ਬਸ ਸਾਡੀ ਬੇਨਤੀ ਇਹੀ ਹੈ ਵੀ ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ ਦਾ, ਸਾਡੇ ਕੋਲ ਕੋਈ ਬਿਆਨ ਨਹੀਂ ਅੱਜ ਵੀ ਅਸੀਂ ਆਪਦੇ ਭਾਣਜੇ ਨੂੰ, ਮੇਰਾ ਜੀਜਾ ਜੀ ਨੂੰ, ਮੇਰੀ ਭੈਣ ਨੂੰ, ਮੇਰਾ ਪੁੱਤ, ਉਹਨਾਂ ਨੂੰ ਪੁੱਤ ਮਿਲ ਜੇ ਬਸ, ਵੀ ਜੋ ਕੁਛ ਹੋਇਆ ਉਹ ਪਤਾ ਨਹੀਂ ਕਿਵੇਂ ਕੀ ਹੋਇਆ ਕੀ ਨਹੀਂ ਹੋਇਆ, ਹਜੇ ਤੱਕ ਸਾਡੇ ਕੋਲ ਕੋਈ ਬਿਆਨ ਨਹੀਂ ਆਇਆ ਉਹਨਾਂ ਦੀ ਸਰਕਾਰਾਂ ਦਾ, ਨਾ ਕੋਈ ਫੋਨ ਆਇਆ ਉਹ ਸਰਕਾਰ ਦਾ, ਸਾਨੂੰ ਪਤਾ ਨਹੀਂ। ਸਾਨੂੰ ਤਾਂ ਇੱਕ ਇੰਨੀ ਕੋਲ ਆਈ ਹੈ ਵੀ ਮੁੰਡੇ ਦੀ ਡੈਥ ਹੋ ਗਈ, ਕਿਉਂ ਹੋਈ, ਕਿਸ ਵਾਸਤੇ ਹੋਈ, ਇਹ ਸਾਨੂੰ ਹਜੇ ਤੱਕ ਕੁਛ ਵੀ ਨਹੀਂ ਪਤਾ ਲੱਗਿਆ। 2 ਮੁੰਡੇ ਸੀ, ਇੱਕ ਬਠਿੰਡੇ ਦਾ, ਇੱਕ ਸਾਡਾ ਭਾਣਜਾ ਇੱਥੋਂ ਗਿੱਦੜਵੇ ਦਾ, ਮੁਕਤਸਰ ਜ਼ਿਲ੍ਹਾ ਦੇ ਵਿੱਚੋਂ। ਕਿੰਨੇ ਕੁ ਸਾਲ ਪਹਿਲਾਂ ਗਿਆ ਸੀ ਔਰ ਕਿਸ ਤਰ੍ਹਾਂ ਦਾ ਭੇਜਿਆ ਸੀ? 2019 ਦੇ ਵਿੱਚ
2019 ਦੇ ਵਿੱਚ ਸੀ ਨਾ, 2019 ਦੇ ਵਿੱਚ ਗਿਆ ਹੋਇਆ ਸੀ, ਅੱਜ 5 ਸਾਲ ਹੋ ਗਿਆ ਉਹਨੂੰ, ਅਤੇ ਸਿਰਫ ਵੀਡੀਓ ਕਾਲ ਹੀ ਕੀਤੀ ਆ, ਅਜੇ ਤੱਕ ਉਹਨੂੰ ਮਿਲੇ ਨਹੀਂ। ਉਹਨੇ 8 ਤਰੀਕ ਨੂੰ ਇੱਥੇ ਆਉਣਾ ਸੀ, ਉਹਦੀ ਫਲਾਈਟ ਬੁੱਕ ਸੀ 8 ਤਰੀਕ ਦੀ, 8 ਤਰੀਕ ਤੋਂ ਉਹਨੇ ਆਉਣਾ ਸੀ, ਅਤੇ ਜਦੋਂ ਉਹਨੂੰ ਫੋਨ ਆਇਆ ਸਿਰਫ ਉਹਦੇ ਨਾਲ ਵੀ ਆਹ ਧੱਕਾ ਹੋਇਆ ਜਾਂ ਕੀ ਹੋਇਆ ਰੱਬ ਜਾਣਦੇ ਕੀ ਆ, ਉਹਨਾਂ ਨੇ ਬਸ ਸਾਨੂੰ ਇੱਕ ਬੇਨਤੀ ਆ, ਸਿਰਫ ਅਸੀਂ ਹੱਥ ਢੱਡ ਕੇ ਕਹਿੰਦੇ ਹਾਂ ਵੀ ਸਾਡੇ ਬੱਚੇ ਦੀ ਲਾਸ਼ ਇੱਥੇ ਆਈ, ਇੱਥੇ ਆ ਜਾਏ, ਕਿੱਧਰ ਵੀ ਸਾਡੇ ਕੋਲ, ਅਸੀਂ ਉਹਦਾ ਮੂੰਹ ਦੇਖ ਲਈਏ ਜਾਂਦੇ ਹੋਏ, ਤਾਂ ਵੀ ਸਾਡਾ ਕੋਈ ਬੁਰਾ ਹਾਲ ਆ, ਸਾਡਾ ਜਮਾ